ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਦਿਹਾਤੀ ਵੱਲੋਂ ਡਾਕਟਰ ਅੰਬੇਡਕਰ ਜੀ ਦੀ ਕਰਤਾਰਪੁਰ ਵਿੱਚ ਅਸੀਂ ਪ੍ਰਤਿਮਾ 'ਤੇ ਫੁੱਲ ਅਰਪਣ ਕਰਨ ਜਾ ਰਹੇ ਸੀ। ਭਾਰਤੀ ਜਨਤਾ ਪਾਰਟੀ ਦੇ ਸਾਡੇ ਨਾਲ ਕਾਰਜਕਰਤਾ ਸਾਡੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਅਮਰੀ ਜੀ, ਸਾਡੇ ਨਾਲ ਮਨਜੀਤ ਬਾਲੀ ਜੀ, ਡਾਕਟਰ ਅੰਬੇਡਕਰ ਫਾਊਂਡੇਸ਼ਨ ਦੇ ਮੈਂਬਰ ਅਰੁਣ ਸ਼ਰਮਾ ਜੀ ਅਤੇ ਸਾਡੇ ਮਹਿਲਾ ਮੋਰਚਾ ਦੇ ਪ੍ਰਧਾਨ ਨਿਧੀ ਜੀ, ਸਾਰੇ ਜਣੇ ਸੀ। ਜਦੋਂ ਜਾ ਰਹੇ ਸੀ ਅਤੇ ਸਾਨੂੰ ਪੁਲਿਸ ਨੇ ਉੱਥੇ ਰੋਕਿਆ ਕਿ ਉੱਥੇ ਪਹਿਲਾਂ ਲਾਲ ਝੰਡੇ ਵਾਲਿਆਂ ਨੇ ਫੁੱਲ ਚੜਾਉਣੇ ਅਤੇ ਉਸ ਤੋਂ ਬਾਅਦ ਤੁਸੀਂ ਫੁੱਲ ਅਰਪਣ ਕਰ ਲਏ। ਅਤੇ ਕਾਫੀ ਦੇਰ ਵੇਟ ਕਰਨ ਤੋਂ ਬਾਅਦ ਜਦੋਂ ਸਾਨੂੰ ਲੈ ਕੇ ਚੱਲੇ ਤਾਂ ਅੱਗੇ ਉਹਨਾਂ ਨੇ ਬੱਸ ਬੁਲਾ ਕੇ ਸਾਨੂੰ ਜ਼ਬਰਦਸਤੀ ਗ੍ਰਿਫਤਾਰ ਕਰ ਲਿਆ। ਸਾਨੂੰ ਵਰਕਰਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਗਲਤੀ ਕੀ ਆ, ਕਿ ਬਾਬਾ ਸਾਹਿਬ ਬੀ ਆਰ ਅੰਬੇਡਕਰ ਜੀ ਨੂੰ ਫੁੱਲ ਅਰਪਣ ਕਰਨਾ ਕੋਈ ਗੁਨਾਹ ਆ ਦੇਸ਼ ਵਿੱਚ, ਜਾਂ ਇਹ ਸਰਕਾਰ ਜਿਹੜੀ ਕੈਪਟਨ ਸਰਕਾਰ ਆ ਇਹ ਜਾਣ ਬੁੱਝ ਕੇ ਇਹੋ ਜਿਹਾ ਮਾਹੌਲ ਬਣਾਉਣਾ ਚਾਹੁੰਦੀ ਆ ਕਿ ਲੋਕਾਂ 'ਚ ਜਿਹੜਾ ਉਹਨਾਂ ਦੇ ਮੁੱਦੇ ਆ, ਜਿਹੜੀਆਂ ਅੱਤਿਆਚਾਰ ਹੋ ਰਿਹਾ ਪੰਜਾਬ 'ਚ, ਜਿਹੜਾ ਮਹਿਲਾਵਾਂ ਦੇ ਰੇਪ ਹੋ ਰਹੇ ਆ, ਬੱਚੀਆਂ ਇੱਕ ਸਾਡੇ ਟਾਂਡੇ ਬੱਚੀ ਦਾ ਰੇਪ ਹੋ ਕੇ ਅਤੇ ਉਸ ਤੋਂ ਬਾਅਦ ਉਹਨੂੰ ਜਲਾ ਦਿੱਤਾ ਗਿਆ, ਜਾਂ ਸਕੋਲਰਸ਼ਿਪ ਦਾ ਘੁਟਾਲਾ ਅਤੇ ਸ਼ਰਾਬ ਵਿੱਚ ਜਿਹੜੇ 130 ਲੋਕ ਮਰੇ ਆ, ਮੈਨੂੰ ਲੱਗਦਾ ਇਹ ਸਾਰੀਆਂ ਗੱਲਾਂ ਲੁਕਾਉਣ ਵਾਸਤੇ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਟਾਰਗੇਟ ਕਰ ਰਹੀ ਹੈ। ਪਲੈਨਿੰਗ ਨਾ ਉਹਨਾਂ 'ਤੇ ਕਦੀ ਹਮਲੇ ਕਰਾਏ ਜਾ ਰਹੇ ਆ, ਸਾਡੇ ਅਸ਼ਵਨੀ ਸ਼ਰਮਾ ਜੀ 'ਤੇ ਪਹਿਲਾਂ ਹਮਲਾ ਹੋਇਆ, ਫਿਰ ਵਿਜੇ ਸਾਂਪਲਾ ਜੀ 'ਤੇ, ਇਹ ਅਟੈਕ ਪਲੈਨਿੰਗ ਨਾਲ ਕੀਤੇ ਜਾ ਰਹੇ ਆ ਤਾਂ ਜੋ ਲੋਕਾਂ ਦੇ ਜਿਹੜੇ ਇਸ਼ੂ ਆ ਉਹ ਭੁੱਲ ਕੇ ਅਤੇ ਦੂਸਰੇ ਇਸ਼ੂਆਂ ਵੱਲ ਚਲੇ ਗਏ। ਪਰ ਇਹ ਇੱਕ ਨਿੰਦਣਯੋਗ ਗੱਲ ਆ, ਮੈਂ ਨਿੰਦਾ ਕਰਦਾ ਅਤੇ ਮੈਂ ਜਿਹੜੇ ਲੋਕ ਇਸ ਸਰਕਾਰ ਦੇ ਪਿੱਠੂ ਬਣ ਕੇ ਇਹੋ ਜਿਹੀਆਂ ਗੱਲਾਂ ਕਰਦੇ, ਬਾਬਾ ਸਾਹਿਬ ਬੀ ਆਰ ਅੰਬੇਡਕਰ ਸਾਰਿਆਂ ਦੇ, ਸਾਰੀਆਂ ਰਾਜਨੀਤਿਕ ਪਾਰਟੀਆਂ ਦੇ, ਸਾਰੇ ਸਮਾਜ ਦੇ, ਪੂਰੇ ਦੇਸ਼ ਦੇ, ਉਹਨਾਂ ਨੂੰ ਕੋਈ ਅਧਿਕਾਰ ਨਹੀਂ ਵੀ ਬਾਬਾ ਸਾਹਿਬ ਬੀ ਆਰ ਅੰਬੇਡਕਰ ਨੂੰ ਕੋਈ ਸਰਦਾ ਸੁਮਨ ਭੇਂਟ ਕਰਨਾ ਚਾਹੁੰਦਾ ਅਤੇ ਉਹ ਰੋਕਣ, ਕਿਉਂਕਿ ਬਾਬਾ ਸਾਹਿਬ ਨੇ ਇਹਨਾਂ ਗੱਲਾਂ ਦਾ ਵਿਰੋਧ ਕੀਤਾ ਸੀ। ਉਹਨਾਂ ਨੇ ਆਲਰੇਡੀ ਭਾਈਚਾਰਾ ਸਾਡਾ ਸਮਾਜਿਕ ਆਰਥਿਕ ਅਤੇ ਸਮਾਜਿਕ ਸਮਰੱਥਾ ਦੀ ਗੱਲ ਕੀਤੀ, ਸਾਨੂੰ ਅੱਜ ਜ਼ਰੂਰਤ ਆ ਕਿ ਬਾਬਾ ਸਾਹਿਬ ਦੀ ਗੱਲ ਨੂੰ ਅੱਗੇ ਵਧਾਈਏ। ਸਾਡੇ ਨਾਲ ਜਿਹੜੀ ਇੱਕ ਮਹਿਲਾ ਵੀ ਸੀ, ਬਾਬਾ ਸਾਹਿਬ ਨੇ ਤਾਂ ਮਹਿਲਾ ਸਸ਼ਕਤੀਕਰਨ ਦੀ ਵੀ ਗੱਲ ਕੀਤੀ ਆ। ਸਾਡੇ ਇਸ ਤੋਂ ਪਹਿਲਾਂ ਜਿਹੜੇ ਨਵੇਂ ਸ਼ਹਿਰ ਸਾਡੇ ਜ਼ਿਲ੍ਹਾ ਅਧਿਆਕਸ਼ ਆ ਡਾਕਟਰ ਪੂਨਮ, ਉਹ ਵੀ ਜਦੋਂ ਫੁੱਲ ਅਰਪਣ ਕਰਨ ਜਾ ਰਹੇ ਸੀ ਤਾਂ ਉੱਥੇ ਉਹਨਾਂ ਦੇ ਹੱਥ 'ਤੇ ਜਿਹੜੀ ਸੱਟ ਲੱਗ ਗਈ। ਅਤੇ ਸਾਡੇ ਇੱਕ ਐਸੀ ਮੋਰਚੇ ਦੇ ਜਿਹੜੇ ਸਾਡੇ ਲੀਡਰ ਆ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹੇ ਦੇ ਸਚਿਵ ਜੀਵਨ ਜੀ, ਉਹਨਾਂ ਦੇ ਕੱਪੜੇ ਪਾੜ ਦਿੱਤੇ ਗਏ। ਮੈਨੂੰ ਲੱਗਦਾ ਇਹ ਜਾਣ ਬੁੱਝ ਕੇ ਸ਼ਰਾਰਤਾਂ ਸਰਕਾਰ ਕਰਵਾ ਰਹੀ ਆ। ਸਰਕਾਰ ਇਹੋ ਜਿਹੀਆਂ ਹਰਕਤਾਂ ਤੋਂ ਬਾਜ ਆਵੇ, ਉਹਨਾਂ ਨੂੰ ਸਹੀ ਕੰਮ ਕਰਨੇ ਚਾਹੀਦੇ ਲੋਕਾਂ ਦੀ ਭਲਾਈ ਵਾਸਤੇ। ਜੇ ਕੋਵਿਡ ਦੇ ਦੌਰਾਨ ਉਹਨਾਂ ਨੇ ਨਹੀਂ ਕੁਛ ਕੀਤਾ ਕੋਈ ਗੱਲ ਨਹੀਂ, ਪਰੰਤੂ ਇਹੋ ਜਿਹਾ ਮਾਹੌਲ ਕਿਸਾਨਾਂ ਦੀ ਆੜ ਵਿੱਚ ਨਾ ਕਰੇ। ਕਿਸਾਨ ਸਾਡੇ ਅੰਨਦਾਤਾ ਆ, ਉਹ ਆਪਣਾ ਧਰਨਾ ਜਿਹੜਾ ਰੋਸ ਪ੍ਰਦਰਸ਼ਨ ਜੋ ਵੀ ਕਰਨਾ ਉਹਨਾਂ ਨੇ ਉਹ ਸ਼ਾਂਤਮਈ ਕਰਦੇ। ਅਸੀਂ ਵੀ ਕਹਿ ਚੁੱਕੇ ਹਾਂ ਵੀ ਉਹਨਾਂ ਨੂੰ ਵੀ ਲੋਕਤੰਤਰ ਅਧਿਕਾਰ ਆ, ਪਰ ਸਾਨੂੰ ਵੀ ਲੋਕਤੰਤਰ ਅਧਿਕਾਰ ਆ ਕਿ ਅਸੀਂ ਵੀ ਆਪਣੀ ਕੋਈ ਗੱਲ ਰੱਖਣੀ ਆ ਅਤੇ ਅਸੀਂ ਵੀ ਸ਼ਾਂਤਮਈ ਨਾ ਰੱਖੀਏ। ਪਰੰਤੂ ਜਾਣ ਬੁੱਝ ਕੇ ਕਦੀ ਸਾਨੂੰ ਪਹਿਲਾਂ ਅਸ਼ਵਨੀ ਸ਼ਰਮਾ ਇਹਨੂੰ ਗ੍ਰਿਫਤਾਰ ਕਰ ਲਿਆ, ਇਸੇ ਤਰ੍ਹਾਂ ਜਦੋਂ ਅਸੀਂ ਪੋਸਟ ਮੈਟ੍ਰਿਕ ਦੀ ਇਨਸਾਫ ਯਾਤਰਾ ਕੱਢਣ ਲੱਗੇ ਸੀ ਅਤੇ ਉਸ ਦਿਨ ਸਾਰੇ ਸਾਡੇ ਲੀਡਰ ਗ੍ਰਿਫਤਾਰ ਕਰ ਲਏ ਅਤੇ ਅੱਜ ਫਿਰ ਸਾਨੂੰ ਗ੍ਰਿਫਤਾਰ ਕਰ ਲਿਆ। ਮੈਨੂੰ ਲੱਗਦਾ ਇਹ ਇਦੋਂ ਨਿੰਦਣਯੋਗ ਗੱਲ ਕੋਈ ਨਹੀਂ ਆ। ਕੈਪਟਨ ਸਰਕਾਰ ਇਹ ਆਪਣੀਆਂ ਨਾਕਾਮੀਆਂ ਲੁਕਾਉਣ ਵਾਸਤੇ ਇਹੋ ਜਿਹੀਆਂ ਹਰਕਤਾਂ ਕਰ ਰਹੀ, ਪਰ ਇਹ ਹੋ ਨਹੀਂ ਸਕਦਾ। ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ, ਜਿੰਨੀ ਦੇਰ ਤੱਕ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ, ਬੱਚਿਆਂ ਨੂੰ ਸਕੋਲਰਸ਼ਿਪ ਦੇ ਪੈਸੇ ਨਹੀਂ ਮਿਲਦੇ, ਜਿਹੜੀਆਂ ਸਾਡੀਆਂ ਧੀਆਂ ਭੈਣਾਂ ਬੱਚਿਆਂ ਨਾਲ ਰੇਪ ਹੋਏ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ, ਅਸੀਂ ਉਹਨਾਂ ਦੀ ਆਵਾਜ਼ ਬੁਲੰਦ ਕਰਾਂਗੇ, ਉਹਨੂੰ ਇਨਸਾਫ ਦਵਾ ਕੇ ਹਟਾਂਗੇ ਅਤੇ ਸਾਰੇ ਦਾ ਸਾਰਾ ਉਹਨਾਂ ਦਾ ਅਧਿਕਾਰ ਦਵਾਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਕਚਹਿਰੀ 'ਚ ਸਾਰੀਆਂ ਗੱਲਾਂ ਲੈ ਕੇ ਜਾਊਗੀ ਅਤੇ ਆਉਣ ਵਾਲੀਆਂ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਇਹ ਸਾਰੀਆਂ ਗੱਲਾਂ ਨੂੰ ਨਿੰਗਾ ਕਰੂਗੀ ਅਤੇ ਇਹ ਅਸੀਂ ਇੱਕ ਵਾਰੀ ਫਿਰ ਕੈਪਟਨ ਸਾਹਿਬ ਨੂੰ ਚੇਤਾਵਨੀ ਦਿੰਦੇ ਹਾਂ ਕਿ ਇਹੋ ਜਿਹੀਆਂ ਹਰਕਤਾਂ ਨਾ ਕਰੋ ਜਿਹਦੇ ਕਾਰਨ ਤੁਹਾਡਾ ਜਿਹੜਾ ਕੀਤੇ ਹੋਏ ਕਰਮ ਆ ਉਹਨੂੰ ਲੁਕਾਉਣ ਦੇ ਪਰਦਾ ਪਾਉਣ ਲਈ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ। ਕਿਰਪਾ ਕਰਕੇ ਲੋਕ ਬੜੀ ਇੱਜ਼ਤ ਨਾਲ ਸ਼ਾਂਤਮਈ ਰਹਿ ਰਹੇ ਆ। ਬੜੇ ਪਹਿਲਾਂ ਹੀ ਤੁਸੀਂ ਜਦੋਂ ਕੋਵਿਡ ਦੇ ਦੌਰਾਨ ਕੋਈ